ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਟਾਕ ਤੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਵਕ ਵਕ ਵਿਸ਼ਿਆਂ ਦੇ ਉੱਪਰ ਗੱਲ ਕਰਦੇ ਹਾਂ ਤੇ ਖਾਸ ਕਰਕੇ ਕੈਨੇਡਾ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਪਰ ਅਸੀਂ ਕਾਫੀ ਚਰਚਾ ਕਰਦੇ ਹਾਂ ਤੇ ਜਦੋਂ ਅਸੀਂ ਕੈਨੇਡਾ ਦਾ ਨਾਂ ਹੀ ਲੈਨੇ ਆ ਤੇ ਸਾਡੇ ਜ਼ਿਹਨ ਦੇ ਵਿੱਚ ਆ ਜਾਂਦਾ ਧਿਆਨ ਦੇ ਵਿੱਚ ਆ ਜਾਂਦਾ ਉਹਨਾਂ ਵਿਦਿਆਰਥੀਆਂ ਬਾਰੇ ਜਿਹੜੇ ਤਿਆਰ ਬਰ ਤਿਆਰ ਬੈਠੇ ਨੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਦੇ ਆਉਣਾ ਚਾਹੁੰਦੇ ਨੇ ਕੈਨੇਡਾ ਪੜਾਈ ਦੇ ਬੇਸ ਦੇ ਉੱਪਰ ਸਟੱਡੀ ਬੇਸ ਦੇ ਉੱਪਰ ਤੇ ਪਰ ਜੇ ਉਹ ਇੱਥੇ ਪੜ੍ਹਾਈ ਦੇ ਮੇਜ ਤੇ ਉੱਪਰ ਆਉਣਾ ਚਾਹੁੰਦੇ ਆ ਪਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਸਹੀ ਰਸਤਾ ਹੀ ਕਈ ਵਾਰ ਪਤਾ ਨਹੀਂ ਲੱਗਦਾ ਤੇ ਗਲਤ ਰਸਤਾ ਅਖਤਿਆਰ ਕਰਕੇ ਜਾਂ ਗਲਤ ਕੋਰਸੇ ਲੈ ਕੇ ਇੱਥੇ ਪਹੁੰਚ ਜਾਂਦੇ ਆ ਤੇ ਬਾਅਦ ਵਿੱਚ ਇੱਕ ਅਜਿਹੀ ਪਟਕਣ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚੋਂ ਨਿਕਲਦਿਆਂ ਕਈ ਸਾਲ ਲੱਗ ਜਾਂਦੇ ਆ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤੇ ਇਸ ਵਾਸਤੇ ਮੇਰੇ ਨਾਲ ਅੱਜ ਓਮ ਗਲੋਬਲ ਤੋਂ ਨੇ ਪੁਨੀਤ ਖੰਨਾ ਜੀ ਪੁਨੀਤ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪੁਨੀਤ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅ ਵੇਜੀ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਕਿਉਂਕਿ ਬਹੁਤ ਸਾਰੇ ਜਿਹੇ ਵਿਦਿਆਰਥੀ ਨੇ ਜਿਨ੍ਹਾਂ ਨੇ ਇਸ ਸਾਲ ਪਲੱਸ 2 ਕਰ ਲੈਣੀ ਹੈ ਜਾਂ ਜਿਨ੍ਹਾਂ ਨੇ ਅਗਲੇ ਸਾਲ ਕਰਨੀ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਇਹੀ ਹੈ ਉਹਨਾਂ ਦੇ ਪਰਿਵਾਰਾਂ ਦੇ ਮਨਾਂ ਵਿੱਚ ਇਹੀ ਹੈ ਕਿ ਇਹਨਾਂ ਨੂੰ ਆਇਲਸ ਕਰਾ ਕੇ ਤੇ ਆਪਾਂ ਕੈਨੇਡਾ ਭੇਜ ਦੇਣਾ ਪੜਨ ਵਾਸਤੇ ਜੀ ਮੈਨੂੰ ਦੱਸਿਓ ਕਿ ਜਦੋਂ ਆਪਾਂ ਸ਼ੁਰੂਆਤ ਹੀ ਕਰਦੇ ਆ ਜਦੋਂ ਇਹ ਖਿਆਲ ਹੀ ਉਹਨਾਂ ਮਨ ਦੇ ਵਿੱਚ ਆਉਂਦਾ ਵਿਚਾਰ ਆਉਂਦਾ ਕਿ ਮੈਂ ਕੈਨੇਡਾ ਪੜਨ ਜਾਣਾ ਤੇ ਉਹਦੀ ਤਿਆਰੀ ਕਿੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਦੇਖੋ ਬਿਲਕੁਲ ਸਹੀ ਗੱਲ ਹੈ ਜਦੋਂ ਆਪਾਂ ਸ਼ੁਰੂਆਤ ਕਰ ਲੈਂਦੇ ਆ ਜਦੋਂ ਸਟੂਡੈਂਟ ਇਹ ਗੱਲ ਸੋਚਦਾ ਹੈ ਕਿ ਮੈਂ ਕੈਨੇਡਾ ਪੜ੍ਹਾਈ ਕਰਨ ਜਾਣਾ ਉਹਦੀ ਤਿਆਰੀ ਸ਼ਾਇਦ ਉਹਦੇ 10th ਸਟੈਂਡਰਡ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਐਮਬੈਸੀ ਹੈ ਕੋਈ ਵੀ ਕੰਟਰੀ ਹੈ ਉਹ ਪਹਿਲਾ ਸਟੂਡੈਂਟ ਦੇ ਅਕੈਡੈਮਿਕ ਸਕੋਰ ਦੇਖਦੀ ਹੈ ਕਿ ਜਿਹੜੇ ਬੱਚੇ ਦੇ 10ਵੀਂ ਦੇ ਵਿੱਚ ਜਾਂ ਪਲੱਸ 2 ਦੇ ਵਿੱਚ ਉੱਥੇ ਸਕੋਰ ਚੰਗਾ ਹੈ ਉਹੀ ਐਲੀਜੀਬਲ ਹੈ ਇੱਕ ਸਟੂਡੈਂਟ ਵੀਜ਼ਾ ਤੇ ਆ ਕੇ ਕਿਸੇ ਹੋਰ ਕੰਟਰੀ ਆ ਕੇ ਪੜ੍ਹਨ ਲਈ ਸੇਮ ਗੋਜ਼ ਵਿਦ ਕੈਨੇਡਾ ਬਹੁਤ ਸਾਰੇ ਸਟੂਡੈਂਟਸ ਦੀ ਰਿਫਿਊਜ਼ਲ ਇਸ ਕਰਕੇ ਹੁੰਦੀ ਹੈ ਕਿ ਤੁਹਾਡਾ ਜਿਹੜਾ ਅਕੈਡੈਮਿਕ ਸਕੋਰ ਹੈ ਉਹ ਅਪ ਟੂ ਦਾ ਮਾਰਕ ਨਹੀਂ ਹੈਗਾ ਕਿ ਜੋ ਸਾਨੂੰ ਚਾਹੀਦਾ ਬਹੁਤ ਸਾਰੇ ਕੋਰਸਸ ਦੇ ਵਿੱਚ ਕੋਰਸ ਸਿਲੈਕਸ਼ਨ ਜਿਹੜੀ ਹੈਗੀ ਆ ਉਹ ਕਿੱਥੇ ਕਿੱਥੇ ਜਾ ਕੇ ਸਟੂਡੈਂਟ ਆਪਣਾ ਡਿਸਾਈਡ ਨਹੀਂ ਕਰ ਪੰਦਾ ਜਦੋਂ ਉਹਦੇ ਕੋਲ ਪਲੱਸ 2 ਦੇ ਵਿੱਚ ਮੈਥ ਨਹੀਂ ਆ ਬਹੁਤ ਸਾਰੇ ਸਟੂਡੈਂਟਸ ਦੇ ਕੋਲ ਪਲੱਸ 2 ਦੇ ਵਿੱਚ ਜਦੋਂ ਤੁਸੀਂ ਕਾਮਰਸ ਕਰ ਲੈਂਦੇ ਹੋ ਜਾਂ ਮੈਡੀਕਲ ਕਰ ਲੈਂਦੇ ਹੋ ਮੈਥਮੈਟਿਕਸ ਇੱਕ ਆਪਸ਼ਨਲ ਸਬਜੈਕਟ ਹੋ ਜਾਂਦਾ ਜਦੋਂ ਆਪਸ਼ਨਲ ਸਬਜੈਕਟ ਹੋ ਜਾਂਦਾ ਉਦੋਂ ਬਹੁਤ ਸਾਰੇ ਕੋਰਸਸ ਆਟੋਮੈਟਿਕਲੀ ਕੈਨੇਡਾ ਦੇ ਕਾਲਜਸ ਔਰ ਯੂਨੀਵਰਸਿਟੀਆਂ ਦੇ ਵਿੱਚ ਤੁਹਾਡੀ एलिजिਬਿਲਟੀ ਖਤਮ ਕਰ ਦਿੰਦੀ ਹੈ ਕਿ ਮੈਥ ਦੀ ਰਿਕੁਆਇਰਮੈਂਟ ਹੈਗੀ ਹੈ ਤੁਸੀਂ ਮੈਥ ਨਹੀਂ ਪੜਿਆ ਤਾਂ ਤੁਹਾਨੂੰ ਉਹਦੇ ਵਿੱਚ ਐਡਮਿਸ਼ਨ ਨਹੀਂ ਮਿਲਣੀ ਸੋ ਬੇਸਿਕਲੀ ਇਹ ਸਾਰੀ ਚੀਜ਼ ਦੀ ਤਿਆਰੀ ਤਾਂ 10th ਤੋਂ 12th ਸਟੈਂਡਰਡ ਤੋਂ ਹੀ ਹੋ ਜਾਂਦੀ ਹੈ ਕਿ 10th ਦੇ ਵਿੱਚ ਚੰਗੇ ਨੰਬਰ ਲਓ ਪਲੱਸ 1 ਪਲੱਸ 2 ਦੇ ਵਿੱਚ ਜਿਹੜੇ ਸਬਜੈਕਟਸ ਰੱਖਿਆ ਹੈ ਜਿਹੜਾ ਸਟੂਡੈਂਟ ਉੱਥੇ ਡਾਕਟਰ ਬੰਨਾ ਚਾਹੁੰਦਾ ਹੈ ਇੰਜੀਨੀਅਰ ਬੰਨਾ ਚਾਹੁੰਦਾ ਹੈ ਉਹਨੂੰ ਪਤਾ ਹੈ ਕਿ ਮੈਂ ਨਾਨ ਮੈਡੀਕਲ ਰੱਖਣਾ ਹੈ ਮੈਂ ਫਿਜ਼ਿਕਸ ਕੈਮਿਸਟਰੀ ਬਾਇਓ ਪੜ੍ਹਨੀ ਹੈ ਮੈਂ ਮੈਡੀਕਲ ਕਰਨਾ ਸੋ ਅਲਟੀਮੇਟਲੀ ਸੇਮ ਗੋਜ਼ ਵਿਦ ਵੀਜ਼ਾ ਆਲਸੋ ਅ ਪੜ੍ਹਾਈ ਕਰਨੀ ਚਾਹਨਾ ਤੇ ਤੁਹਾਨੂੰ ਪਹਿਲਾਂ ਹੀ ਸੋਚ ਕੇ ਰੱਖਣਾ ਪੈਣਾ ਕਿ ਮੈਂ ਕੋਰਸੇ ਕਿਹੜੇ ਉੱਥੇ ਜਾ ਕੇ ਪੜ੍ਹਨੇ ਆ ਔਰ ਉਹਦਾ ਬੈਕਗ੍ਰਾਉਂਡ ਕੀ ਹੋਣਾ ਚਾਹੀਦਾ ਤੇ ਮੈਂ ਉਹ ਕੋਰਸੇਸ ਦੇ ਵਿੱਚ ਇੰਡੀਆ ਤੋਂ ਹੀ ਐਡਮਿਸ਼ਨ ਲੈ ਕੇ ਚੱਲਾਂ ਬਿਲਕੁਲ ਤੇ ਜਿਵੇਂ ਤੁਸੀਂ ਆਖਿਆ ਕਿ ਦਸਵੀਂ ਤੋਂ ਹੀ ਇਸ ਤੇ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਈ ਵਾਰ ਆਪਾਂ ਕਹਿੰਦੇ ਆ ਚਲੋ 12ਵੀਂ ਜਾ ਕੇ ਸੋਚਾਂਗੇ ਪਲੱਸ 2 ਜਦੋਂ ਕਰਦੇ ਹੋਵਾਂਗੇ ਆਖਰੀ ਸਾਲ ਤੇ ਉਦੋਂ ਆਇਲਸ ਕਰ ਲਾਂਗੇ ਤੇ ਆਪਾਂ ਬਾਹਰ ਨੂੰ ਉਡਾਰੀ ਮਾਰ ਜਾਵਾਂਗੇ ਪਰ ਤੁਸੀਂ ਬਹੁਤ ਵਧੀਆ ਟੰਗਣਾ ਦੱਸਿਆ ਕਿ ਤਿਆਰੀ ਤੁਹਾਨੂੰ ਇਨਸਾਲ ਪਹਿਲਾਂ ਸ਼ੁਰੂ ਕਰਨੀ ਪੈਣੀ ਹੈ 10ਵੀਂ ਦੇ ਵਿੱਚ 10ਵੀਂ ਦਾ ਨੰਬਰ ਲੈਣੇ ਬਿਹਤ ਜ਼ਰੂਰੀ ਹੈ ਹੁਣ ਜੇ 10ਵੀਂ ਦੇ ਵਿੱਚ ਕਿੰਨੇ ਕੁ ਪਰਸੈਂਟ ਨੰਬਰ ਹੋਣ ਕਿ ਤੁਹਾਡੀ ਫਾਈਲ ਜੜੀਏ ਚੰਗੀ ਵਧੀਆ ਸੋਲਿਡ ਬਣ ਜਾਂਦੀ ਹੈ ਦੇਖੋ ਜੇ ਆਪਾਂ ਮੋਟੀ ਮੋਟੀ ਗੱਲ ਕਰ ਲਈਏ ਤੇ ਫਰਸਟ ਡਿਵੀਜ਼ਨ ਜਿਹਨੂੰ ਆਪਾਂ ਕਹਿੰਨੇ ਆ ਉਹ ਸਟੂਡੈਂਟ ਨੂੰ ਜ਼ਰੂਰ ਸਿਕਿਉਰ ਕਰਨੀ ਚਾਹੀਦੀ ਹੈ 60% ਤੋਂ ਉੱਪਰ 60% ਨੰਬਰ ਉਚਾਹੇ 10th ਹੈ ਉਚਾਹੇ +2 ਹੈ ਇਹਨਾਂ ਦੋਨੋਂ ਕਲਾਸਿਸ ਦੇ ਵਿੱਚ ਉਹਦੇ 60% ਨੰਬਰ ਅਬੋਵ ਹੋਣ ਬਹੁਤ ਚੰਗੀ ਗੱਲ ਕੀ ਹੈ ਕਿ ਪੰਜਾਬ ਦੇ ਵਿੱਚ ਅੱਜ ਦੀ ਡੇਟ ਤੇ ਵਿੱਚ ਆਇਲਸ ਹੂੰ आईएलटीएस ਦਾ ਜਿਸ ਸਕੋਰ ਆਪਾਂ ਦੇਖ ਲਈਏ ਪਿਛਲੇ 2-3 ਸਾਲਾਂ ਤੋਂ ਮੈਂ ਰਿਅਲਾਈਜ਼ ਕੀਤਾ ਕਿ ਇੰਗਲਿਸ਼ ਪ੍ਰੋਫੀਸ਼ੀਐਂਸੀ ਆਪਣੇ ਸਕੂਲਾਂ ਦੇ ਵਿੱਚ ਸ਼ਾਇਦ ਇੰਗਲਿਸ਼ ਲੈਂਗੁਏਜ ਦੀ ਜਿਹੜੀ ਟੀਚਿੰਗ ਹੈ ਜਾਂ ਆਪਣੇ ਸਟੂਡੈਂਟਸ ਦਾ ਆਇਲਟਸ ਵਾਲ ਕਨਸਨਟਰੇਸ਼ਨ ਲੈਵਲ ਇੰਨਾ ਕੁ ਵਧੀਆ ਕਿ ਆਇਲਟਸ ਦਾ ਸਕੋਰ ਔਨ ਐਨ ਐਵਰੇਜ ਪੰਜਾਬ ਦੇ ਵਿੱਚ ਸਟੂਡੈਂਟ ਦਾ ਵੱਧ ਗਿਆ ਅੱਗੇ ਜਿੱਥੇ 5.5 ਬੈਂਡ ਤੇ ਖੜੇ ਹੋ ਜਾਂਦੇ ਸਟੂਡੈਂਟ ਅੱਜ ਪੰਜਾਬ ਤੋਂ ਮੈਕਸਿਮਮ ਸਟੂਡੈਂਟ 6.5 ਬੈਂਡ ਲੈ ਕੇ ਡਾਕੂਮੈਂਟ ਆਇਲਟਸ ਦਾ ਸਰਟੀਫਿਕੇਟ ਲੈ ਕੇ ਨਾਲ ਆਉਂਦਾ ਸੋ ਆਇਲਟਸ ਇਜ਼ ਦੀ ਨੈਕਸਟ ਕਿ ਜਦੋਂ ਤੁਸੀਂ ਆਪਣੀ +2 कर ली या ग्रेजुएशन ਵੀ ਕਰ ਲਈ ਉਸ ਤੋਂ ਬਾਅਦ ਤੁਸੀਂ ਆਇਲਟਸ ਦਾ ਪੇਪਰ ਦਿੰਨੇ ਹੋ ਆਇਲਟਸ ਦੇ ਪੇਪਰ ਤੁਹਾਡਾ ਸਕੋਰ ਆ ਜਾਂਦਾ देन ਯੂ ਡਿਸਾਈਡ ਕਿ ਮੈਂ ਹੁਣ ਕਿੱਥੇ ਜਾਣਾ ਚਾਹੁੰਦਾ ਆਇਲਟਸ ਇੱਥੇ ਇੱਕ ਇੰਪੋਰਟੈਂਟ ਰੋਲ ਹੋਰ ਵੀ ਪਲੇ ਕਰਦਾ ਉਹ ਪਲੇ ਕਰਦਾ ਕਿਉਂ ਕਿਉਂਕਿ ਕੈਨੇਡਾ ਦਾ ਸਟੂਡੈਂਟ ਵੀਜ਼ਾ ਰੂਲਸ ਜਿਹੜਾ ਐਸ ਡੀ ਐਸ ਪ੍ਰੋਗਰਾਮ ਸਟਾਰਟ ਹੋਇਆ ਸਟੂਡੈਂਟ ਡਾਇਰੈਕਟ ਸਟਰੀਮ 6 ਈਚ ਅਜ ਦੀ ਡੇਟ 'ਚ ਉਹਦੀ ਰਿਕੁਆਇਰਮੈਂਟ ਹੈ ਜਿਸ ਸਟੂਡੈਂਟ ਦੇ 6 ਈਚ ਬੈਂਡ ਨੇ ਉਹ ਡਾਇਰੈਕਟਲੀ ਐਸ ਡੀ ਐਸ ਦੇ ਵਿੱਚ ਅਪਲਾਈ ਕਰ ਸਕਦਾ ਠੀਕ ਹੈ ਔਨ ਦੀ ਅਦਰ ਹੈਂਡ ਜੇ 6 ਓਵਰਆਲ ਨੇ ਕਿਸੇ ਇੱਕ ਮੋਡਿਊਲ 'ਚ ਤੁਹਾਡੇ 5 ਬੈਂਡ ਨੇ ਜਾਂ 5.5 ਬੈਂਡ ਨੇ ਉਹਦਾ ਮਤਲਬ ਸਿਰਫ ਇੰਨਾ ਹੈ ਕਿ ਤੁਹਾਡੀ ਵੀਜ਼ਾ ਅਪਲਾਈ ਕਰਨ ਦੀ ਕੈਟਾਗਰੀ ਚੇਂਜ ਹੋ ਗਈ ਤੁਸੀਂ ਐਸ ਡੀ ਐਸ 'ਚ ਅਪਲਾਈ ਨਹੀਂ ਕਰ ਰਹੇ ਜਨਰਲ ਕੈਟਾਗਰੀ ਜਾਂ ਨਾਨ ਐਸ ਡੀ ਐਸ 'ਚ ਅਪਲਾਈ ਕਰ ਰਹੇ ਹੋ ਵੀਜ਼ਾ ਸਕਸੈਸ ਰੇਟ ਦਾ ਉਹਦੇ ਉੱਤੇ ਕੋਈ ਲੰਬਾ ਚੌੜਾ ਇਫੈਕਟ ਨਹੀਂ ਹੈਗਾ ਠੀਕ ਹੈ ਫੇਰ ਆ ਜਾਂਨੇ ਆਪਾਂ ਕੋਰਸ ਚੂਜ਼ ਕਰਨ ਤੇ ਜਾਂ ਸਿਟੀ ਚੂਜ਼ ਕਰਦੇ ਆ ਕਾਲਜ ਚੂਜ਼ ਕਰਨ ਤੇ ਸੋ ਕਾਲਜ ਦੀ ਜਿਹੜੀ ਅੱਜ ਦੀ ਡੇਟ 'ਚ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਹਰ ਸਟੂਡੈਂਟ ਦੀ ਜਿਹੜਾ ਪੰਜਾਬ ਤੋਂ ਜਾਂ ਨਾਰਥ ਇੰਡੀਆ ਤੋਂ ਹੀ ਕਹਿ ਲਵਾਂ ਫਰਸਟ ਪ੍ਰਿਫਰਡ ਡੈਸਟੀਨੇਸ਼ਨ ਅੱਜ ਦੀ ਡੇਟ 'ਚ ਕੈਨੇਡਾ ਕਿਸੇ ਟਾਈਮ ਤੇ ਕੋ ਯੂਐਸਏ ਯੂਕੇ ਜਾਂ ਆਸਟ੍ਰੇਲੀਆ ਰਹਿੰਦੇ ਸੀਗੇ ਬਟ ਅੱਜ ਹਰ ਸਟੂਡੈਂਟ ਨੂੰ ਜਿਹਨੂੰ ਵੀ ਤੁਸੀਂ ਪੁੱਛ ਲੋਗੇ ਕਿ ਪਹਿਲੀ ਤੇਰੀ ਪ੍ਰੇਫਰੈਂਸ ਕੀ ਹੈ ਹਰ ਸਟੂਡੈਂਟ ਕਹਿੰਦਾ ਕਿ ਮੈਂ ਕੈਨੇਡਾ ਹੀ ਜਾਣਾ ਚਾਹੁੰਦਾ ਸੋ ਉਸ ਕਰਕੇ ਜਿਹੜੇ ਮੈਕਸਿਮਮ ਕਾਲਜੇਸ ਨੇ ਜਾਂ ਯੂਨੀਵਰਸਿਟੀਆਂ ਜਿੰਨੀ ਜਲਦੀ ਆਪਾਂ ਅਪਲਾਈ ਕਰ ਦਈਏ ਉਹਨਾਂ ਚੰਗਾ ਕਿਉਂਕਿ ਸੀਟਸ ਦੀ ਅਵੇਲੇਬਿਲਟੀ ਜਾਂ ਤੁਹਾਡੇ ਮਨਪਸੰਦ ਕੋਰਸ ਦੀ ਜਿਹੜੀ ਅਵੇਲੇਬਿਲਟੀ ਹੈਗੀ ਆ ਉਹ ਜਲਦੀ ਫਟਾਫਟ ਨਾਲੋਂ ਨਾਲ ਮੁੱਕਦੀ ਰਹਦੀ ਹੈ ਫਿਰ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਕਿਤੇ ਨਾ ਕਿਤੇ ਕਿ ਯਾਰ ਚੱਲ ਠੀਕ ਹੈ ਮੈਂ ਦੂਸਰਾ ਕੋਰਸ ਲੈ ਕੇ ਦੇਖ ਲੈਂਦਾ ਤੀਸਰਾ ਲੈ ਕੇ ਦੇਖ ਲੈਂਦਾ ਉਹਦੇ ਚ ਇੰਟਰਸਟ ਨਹੀਂ ਬਣਦਾ ਜਦੋਂ ਤੁਸੀਂ ਇੱਥੇ ਆਨੇ ਹੋ ਫਿਰ ਆ ਕੇ ਚੇਂਜ ਕਰਨ ਦੀ ਗੱਲ ਕਰਦੇ ਹੋ ਕਿ ਯਾਰ ਨਹੀਂ ਮੈਂ ਆਹ ਕੋਰਸ ਕਰਨਾ ਚਾਹੁੰਦਾ ਸੀਗਾ ਬਟ ਹੁਣ ਮੈਨੂੰ ਐਡਮਿਸ਼ਨ ਨਹੀਂ ਮਿਲੀ ਦੂਜੇ ਕੋਰਸ ਦੇ ਵਿੱਚ ਚਲ ਗਿਆ ਹੁਣ ਮੈਂ ਬਦਲਦਾ ਠੀਕ ਹੈ ਸੋ ਜਿੰਨੀ ਟਾਈਮਲੀ ਆਪਾਂ ਅਪਲਾਈ ਕਰਦਾਂਗੇ ਜਿੰਨੀ ਜਲਦੀ ਆਪਾਂ ਅਪਲਾਈ ਕਰਦਾਂਗੇ ਉਹਨਾਂ ਚੰਗਾ ਜੇ ਅੱਜ ਦੀ ਡੇਟ 'ਚ ਵੀ ਗੱਲ ਕਰ ਲਈਏ ਬਹੁਤ ਸਾਰੇ ਕਾਲਜਸ ਔ ਸੈਪਟੰਬਰ 2020 ਦੇ ਵਿੱਚ ਦਾਖਲੇ ਹੋ ਰਹੇ ਨੇ ਜਿਹੜਾ ਅੱਜ ਤੋਂ 1 ਸਾਲ ਬਾਅਦ ਦੀ ਗੱਲ ਕਰ ਲਈਏ ਕਿ ਜੇ ਕੋਈ ਸਟੂਡੈਂਟ ਪੜ੍ਹਨ ਆਣਾ ਚਾਹੁੰਦਾ ਤਾਂ ਕਈ ਯੂਨੀਵਰਸਿਟੀਆਂ ਸੈਪਟੰਬਰ 2020 ਤੇ ਜਾ ਕੇ ਐਡਮਿਸ਼ਨ ਲੈ ਰਹੀਆਂ ਜੀ ਠੀਕ ਹੈ ਉਹ ਤੁਸੀਂ ਇੱਕ ਸ਼ਬਦ ਵਰਤਿਆ ਕਿ ਮਨਪਸੰਦ ਕੋਰਸ ਪਰ ਮੈਨੂੰ ਜਿੰਨਾ ਕਿ ਜਾਣਕਾਰੀ ਹੈ ਬਹੁਤ ਸਾਰੇ ਅਜਿਹੇ ਵਿਦਿਆਰਥੀ ਨੇ ਜਿਨ੍ਹਾਂ ਲਈ ਮਨਪਸੰਦ ਕੋਈ ਨਾ ਹੀ ਹੈ ਨਹੀਂ ਉਹਦੇ ਵਿੱਚ ਕੋਈ ਚੀਜ਼ ਹੀ ਹੈ ਨਹੀਂ ਉਹ ਕਹਿੰਦੇ ਕੋਰਸ ਹੋਣਾ ਜਿਹਦਾ ਕੈਨੇਡਾ ਹੋਣਾ ਚਾਹੀਦਾ ਜਹਾਜ਼ ਦੀ ਟਿਕਟ ਹੋਣੀ ਚਾਹੀਦੀ ਹੈ ਲੈਂਡਿੰਗ ਹੋਣੀ ਚਾਹੀਦੀ ਹੈ ਬਾਕੀ ਗੱਲਾਂ ਬਾਅਦ ਚ ਵੇਖਾਂਗੇ ਇਹ ਜਿਹੜਾ ਬਰਤਾਰਾ ਇਹ ਕਿੰਨਾ ਕੁ ਸਹੀ ਹੈ ਦੇਖੋ ਮੈਂ ਬਹੁਤ ਜ਼ਿਆਦਾ ਤੁਹਾਡੀ ਗੱਲ ਨਾਲ ਐਗਰੀ ਕਰਦਾ ਕਿ ਬਹੁਤ ਸਾਰਾ ਸਟੂਡੈਂਟ ਜਿਹੜਾ ਅੱਜ ਦੀ ਡੇਟ 'ਚ ਵੀ ਉੱਥੇ ਆਫਿਸਿਸ ਦੇ ਵਿੱਚ ਵਿਜ਼ਿਟ ਕਰਦਾ ਤੇ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਤੂੰ ਕਿਹੜੇ ਕੋਰਸ 'ਚ ਜਾਣਾ ਚਾਹੁੰਦਾ ਜਾਂ ਕਿਹੜੇ ਕਾਲਜ ਜਾਣਾ ਚਾਹੁੰਦਾ ਤੇ ਕਿਤੇ ਨਾ ਕਿਤੇ ਇਹ ਜਵਾਬ ਰੋਜ਼ ਸੁਣਨ ਨੂੰ ਮਿਲਦਾ ਕਿ ਭਾਜੀ ਕਾਲਜ ਕੈਨੇਡਾ 'ਚ ਹੋਣਾ ਚਾਹੀਦਾ ਕੋਰਸ ਕੋਈ ਵੀ ਹੋਵੇ ਜਿਹੜਾ ਸੌਖਾ ਹੋ ਜੇ ਸੋ ਜਿਹੜਾ ਸਟੂਡੈਂਟ ਆ ਕੇ ਇੱਥੇ ਪੜ੍ਹਾਈ ਕਰਨ ਬਾਰੇ ਸੋਚ ਰਿਹਾ ਹਰ ਸਟੂਡੈਂਟ ਦੀ ਆਪਣੀ ਇੱਕ ਰੀਜ਼ਨ ਹੈ ਆਨ ਦਾ ਠੀਕ ਹੈ ਹਰ ਬੱਚਾ ਬੜਾ ਕੜਵਾ ਸੱਚ ਹੈ ਹਰ ਬੱਚਾ ਪੜ੍ਹਾਈ ਕਰਨ ਨਹੀਂ ਆਂਦਾ ਬਿਲਕੁਲ ਸਹੀ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇੱਥੇ ਕੰਮ ਕਰਨ ਆਉਂਦੇ ਨੇ ਕਿ ਪੜ੍ਹਾਈ ਦੇ ਨਾਲ ਪੜ੍ਹਾਈ ਦੇ ਰਸਤੇ ਉੱਥੇ ਚੱਲ ਜਾਂਦੇ ਨੇ ਨਾਲ ਕੰਮ ਬਹੁਤੇ ਬੱਚੇ ਨੇ ਬਹੁਤੇ ਬੱਚੇ ਨੇ ਜਿਹੜੇ ਪੜ੍ਹਾਈ ਕਰਨ ਨਹੀਂ ਆਂਦੇ ਜੀ ਬਹੁਤ ਸਾਰੇ ਸਟੂਡੈਂਟ ਇਦਾਂ ਦਾ ਜਿਹੜਾ ਆਂਦਾ ਹੀ ਸਿਰਫ ਇਸ ਕਰਕੇ ਆਈ ਪੜ੍ਹਾਈ ਵੀ ਸਿਰਫ ਇਸ ਕਰਕੇ ਕਰਦਾ ਕਿ ਕੱਲ ਨੂੰ ਮੈਂ ਪੀਆਰ ਲੈਣੀ ਆ ਪੱਕਾ ਹੋਣਾ ਸੋ ਅਲਟੀਮੇਟਲੀ ਹਰ ਸਟੂਡੈਂਟ ਦਾ ਆਪਣਾ ਇੱਕ ਰੀਜ਼ਨ ਹੈ ਹਰ ਸਟੂਡੈਂਟ ਦਾ ਆਪਣਾ ਇੱਕ ਕਾਰਨ ਹੈਗਾ ਆਨ ਦਾ ਉਹ ਜਦੋਂ ਫਿਰ ਉਹ ਕੋਰਸ ਦੀ ਪ੍ਰੀਫਰੈਂਸ ਉਹ ਨਹੀਂ ਦਿੰਦਾ ਕਿ ਮੈਨੂੰ ਕੋਈ ਕੋਰਸ ਦਾ ਮਤਲਬ ਨਹੀਂ ਹੈਗਾ ਮੈਨੂੰ ਕਿਸੇ ਕਾਲਜ ਨਾਲ ਮਤਲਬ ਨਹੀਂ ਹੈਗਾ ਕਾਲਜ ਕੈਨੇਡਾ ਦੇ ਵਿੱਚ ਚੋਣਾ ਚਾਹੀਦਾ ਹੈ ਜੀ ਟ੍ਰਾਂਟੋ ਹੋ ਜੇ ਤਾਂ ਬਹੁਤ ਵਧੀਆ ਕਿਉਂਕਿ ਪਹਿਲੀ ਪ੍ਰੈਫਰਡ ਡੈਸਟੀਨੇਸ਼ਨ ਅਜ ਦੀ ਡੇਟ 'ਚ ਵੀ ਜੀਟੀਏ ਕਹਿ ਲਿਆ ਯਾ ਟ੍ਰਾਂਟੋ ਵਾਲਾ ਏਰੀਆ ਜਿਹੜਾ ਉਹ ਸਟੂਡੈਂਟ ਦੀ ਅੱਜ ਵੀ ਫਰਸਟ ਪ੍ਰੈਫਰਡ ਡੈਸਟੀਨੇਸ਼ਨ ਹੈ ਥੈਨ ਹੀ ਡਿਸਾਈਡ ਕਿ ਮੈਂ ਜਲਦੀ ਜਾਣਾ ਚਾਹਨਾ ਕਿ ਤੁਸੀਂ ਕਹਿ ਰਹੇ ਹੋ ਕਿ ਸਪਟੰਬਰ 2020 ਦੇ ਵਿੱਚ ਸੀਟਾਂ ਅਵੇਲੇਬਲ ਨੇ ਹੁਣ ਤੁਸੀਂ ਪਹਿਲਾਂ ਆਜੋ ਮੈਨੂੰ ਦੱਸੋ ਜਨਵਰੀ 'ਚ ਕਿਹੜੇ ਕਾਲਜ ਮਿਲ ਸਕਦਾ ਹੋਰ ਤੁਸੀਂ ਪਹਿਲਾਂ ਆਜੋ ਮੈਨੂੰ ਦੱਸੋ ਸਪਟੰਬਰ 2019 'ਚ ਵੀ ਕੋਈ ਕਾਲਜ ਮਿਲ ਸਕਦਾ ਕਿ ਜਿੰਨੀ ਜਲਦੀ ਮੇਰਾ ਵੀਜ਼ਾ ਲੱਗ ਜੇ ਉਨਾ ਚੰਗਾ ਉਨੀ ਜਲਦੀ ਮੈਂ ਉੱਥੇ ਚੱਲ ਜਾ ਪਰਮਿਟ ਲਾਉਂਗਾ ਵਰਕ ਪਰਮਿਟ ਲਾਉਂਗਾ ਤੇ ਫਿਰ ਪੀਆਰ ਦੇ ਪਾਸੇ ਤੁਰੂੰਗਾ ਸੋ ਸਟੂਡੈਂਟ ਜਦੋਂ ਆਫਿਸ ਦੇ ਵਿੱਚ ਵਿਜ਼ਿਟ ਕਰਦਾ ਅੱਧਾ ਕਿਤਾ ਉਹ ਫਲਾਈਟ 'ਚ ਬੈਠਾ ਹੀ ਜਾਂਦਾ ਜੀ ਕਿ ਹੁਣੇ ਹੀ ਭੇਜ ਦਿਓ ਮੈਨੂੰ ਇੱਥੇ ਬਿਲਕੁਲ ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕੋਰਸ ਪ੍ਰੈਫਰੈਂਸ ਕਿਤੇ ਨਾ ਕਿਤੇ ਸਟੂਡੈਂਟ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ ਉਹਨੂੰ ਕੋਈ ਫਰਕ ਨਹੀਂ ਹੈਗਾ ਕਿ ਮੈਨੂੰ ਜਿਹੜੇ ਮਰਜ਼ੀ ਕੋਰਸ ਜਾਂ ਕਾਲਜ ਵਿੱਚ ਪਾ ਦਿਓ ਬਟ ਇਹ ਸਾਰੀਆਂ ਚੀਜ਼ਾਂ ਦਾ ਜੇ ਖਿਆਲ ਰੱਖਿਆ ਜਾਏ ਤੇ ਇੱਥੇ ਆ ਕੇ ਨਾ ਬਹੁਤ ਜ਼ਿਆਦਾ ਸ਼ੌਕ ਹੋ ਜਾਂਦੀ ਹੈ ਬਿਲਕੁਲ ਇਹ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਤੇ ਪ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਸੋਚਦੇ ਆ ਤੁਸੀਂ ਸ਼ਾਇਦ ਉੱਥੋਂ ਸਿਰਫ ਪਲੇਨ ਚੜ੍ਹਨ ਤੱਕ ਤੇ ਇੱਥੇ ਉਤਰਨ ਤੱਕ ਸੋਚਦੇ ਹੋ ਉਸ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਇੰਨੀ ਗੰਭੀਰਤਾ ਨਾਲ ਨਹੀਂ ਸੋਚਦੇ ਜੇ ਤੁਸੀਂ ਉਹਨੂੰ ਗੰਭੀਰਤਾ ਨਾਲ ਸੋਚੋ ਤਾਂ ਤੁਹਾਡੀ ਜ਼ਿੰਦਗੀ ਕੈਨੇਡਾ ਵਿੱਚ ਆ ਕੇ ਸੁਖਾਲੀ ਹੋ ਸਕਦੀ ਹੈ ਹੁਣ ਇਸੇ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਉਹਨਾਂ ਦੇ ਮਨਾਂ ਵਿੱਚ ਵੀ ਹੋਣਗੇ ਉਹ ਤੁਹਾਡੇ ਨਾਲ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹੋਣਗੇ ਕਿਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਕਿੱਥੇ ਕਿੱਥੇ ਤੁਹਾਡੇ ਆਫਿਸ ਨੇ ਕਿੱਥੇ ਵਿਜ਼ਿਟ ਕੀਤਾ ਜਾ ਸਕਦਾ ਉਹਦੇ ਬਾਰੇ ਜਾਣਕਾਰੀ ਦਿਓ ਦੇਖੋ ਇੰਡੀਆ ਦੇ ਵਿੱਚ 5 ਜਗ੍ਹਾ ਆਫਿਸਿਸ ਨੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਕਰਨਾਲ ਯਮੁਨਾ ਨਗਰ ਤੁਸੀਂ ਕਿਸੇ ਵੀ ਆਫਿਸ ਵਿਜ਼ਿਟ ਕਰ ਸਕਦੇ ਹੋ ਇੰਡੀਆ ਦਾ ਜਿਹੜਾ ਨੰਬਰ ਹੈਗਾ ਤੁਸੀਂ ਫੋਨ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਜੇ ਮੈਂ ਇੰਡੀਆ ਵਾ ਇੰਡੀਆ ਚ ਜੇ ਮੈਂ ਕੈਨੇਡਾ ਵਾ ਕੈਨੇਡਾ ਚ ਇੰਡੀਆ ਚ ਜਿਹੜਾ ਨੰਬਰ ਚੱਲਦਾ 92161 92167 ਫੋਨ ਨੰਬਰ ਹੈ ਇਹਦੇ ਤੇ ਫੋਨ ਕਰਕੇ ਜਿਹੜੇ ਮਰਜੀ ਆਫਿਸ ਵਿਜ਼ਿਟ ਕਰੋ ਜਾ ਕੇ ਆਪਣੀ ਇਨਫਾਰਮੇਸ਼ਨ ਲੋ ਸਾਰੀ ਚੀਜ਼ ਦੀ ਨੌਲੇਜ ਲੋ ਕਿ ਤੁਹਾਨੂੰ ਕਿਹੜਾ ਕੋਰਸ ਕਿਹੜਾ ਕਾਲਜ ਹੈ ਕੀ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਜੋ ਕੋਈ ਸਟੂਡੈਂਟ ਇੱਥੇ ਆਣਾ ਚਾਹੁੰਦਾ ਹੈ ਜਾਂ ਜੇ ਕੋਈ ਆਪਣੇ ਰਿਸ਼ਤੇਦਾਰ ਨੂੰ ਉੱਥੋਂ ਬੁਲਾਣਾ ਚਾਹੁੰਦੇ ਹੋ ਮੈਂ ਅਗਲੇ 15 ਦਿਨ ਹੋਰ ਕੈਨੇਡਾ ਹੈਗਾ ਵਾਂ ਤੇ ਇੱਥੇ ਮੇਰੇ ਕੋਲ 2899362576 ਨੰਬਰ ਦੇ ਉੱਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਸੋ ਥੈਟ ਆਪਾਂ ਇਸ ਬਾਰੇ ਤੁਹਾਡੇ ਕੋਈ ਵੀ ਕੁਐਸਚਨਸ ਨੇ ਉਹਨਾਂ ਦੇ ਜਵਾਬ ਤੁਹਾਨੂੰ ਦਿੱਤੇ ਜਾਣਗੇ ਜੀ ਆਪਣੀ ਜੀ ਸਾ ਆਪਣੀ ਗੱਲਬਾਤ ਜਾਰੀ ਹੈ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਪ੍ਰਾਈਮ ਟਾਪ ਹੈਚ ਆਪ ਸਭ ਦਾ ਸਵਾਗਤ ਪਨੀਜੀ ਹੁਣ ਵਿਦਿਆਰਥੀ ਨੇ ਕੋਰਸ ਸਿਲੈਕਟ ਕਰਨਾ ਹੈ ਕਈ ਵਾਰ ਖੁਦ ਨਹੀਂ ਨੋਲਿਜ ਹੁੰਦੀ ਉਹਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਕਈ ਵਾਰ ਮਾਪਿਆਂ ਨੂੰ ਵੀ ਨਹੀਂ ਹੁੰਦੀ ਫਿਰ ਤੁਸੀਂ ਗਾਈਡ ਕਰਦੇ ਹੋ ਉਸ ਮਾਮਲੇ ਦੇ ਵਿੱਚ ਕਿ ਤੇਰੀ ਸਟੱਡੀ ਜਿਸ ਤਰ੍ਹਾਂ ਦੀ ਹੈਗੀ ਹੈ ਹੁਣ ਤੱਕ ਤੇਰਾ ਜੋ ਰਿਕਾਰਡ ਰਿਹਾ ਪਿੱਛੇ ਜਿਸ ਤਰ੍ਹਾਂ ਦੀ ਐਜੂਕੇਸ਼ਨ ਦਾ ਤੈਨੂੰ ਇਹ ਕੋਰਸ ਲੈ ਲੈਣੇ ਚਾਹੀਦੇ ਆ ਤੇ ਜੇ ਉਹ ਕੋਰਸ ਲੈ ਲੈਣਾ ਤੇ ਭਵਿੱਖ ਦੇ ਵਿੱਚ ਕਿੱਥੇ ਕਿੱਥੇ ਉਹ ਫਾਇਦੇਮੰਦ ਹੋ ਸਕਦੇ ਆ ਰਾਈਟ ਜੀ ਦੇਖੋ ਬੇਸਿਕਲੀ ਉਹੀ ਗੱਲ ਹੈ ਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਹੈਗੀਆਂ ਸੋ ਜਿਸ ਤਰ੍ਹਾਂ ਦਾ ਤੁਸੀਂ ਇਸ ਸਟੇਜ ਦੇ ਉੱਤੇ ਡਿਪੈਂਡੈਂਟ ਹੋ ਕੇ ਕਦੀ ਵੀ ਡਿਸਾਈਡ ਨਹੀਂ ਕਰ ਸਕਦੇ ਕਿ ਮੇਰਾ ਕਜ਼ਨ ਇਸ ਤਰੀਕੇ ਦੇ ਨਾਲ ਚਲਾ ਗਿਆ ਮੇਰਾ ਰਿਸ਼ਤੇਦਾਰ ਜਾਂ ਮੇਰਾ ਗਵਾਂਢੀ ਉਸ ਤਰੀਕੇ ਦੇ ਨਾਲ ਚਲਾ ਗਿਆ ਹਰ ਬੱਚੇ ਦਾ ਪ੍ਰੋਫਾਈਲ ਅਲੱਗ ਹੈ ਹਰ ਬੱਚੇ ਦੇ ਸਬਜੈਕਟ ਵੱਖਰੇ ਨੇ ਨੰਬਰ ਵੱਖਰੇ ਨੇ ਆਇਲਸ ਦਾ ਸਕੋਰ ਵੱਖਰਾ ਹੈ ਜਿਹੜੀ ਸਟੇਟ ਜਾਂ ਜਿਹੜੇ ਪ੍ਰੋਵਿੰਸ ਜਾਂ ਜਿਹੜੀ ਸਿਟੀ ਚੋਂ ਪੜਨ ਜਾਣਾ ਚਾਹੁੰਦਾ ਉਹ ਵੱਖਰੀ ਹੈ ਉਹਦੀ ਕੋਰਸ ਦੀ ਡਿਮਾਂਡ ਵੱਖਰੀ ਹੈ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਰੱਖੀਆਂ ਜਾਂਦੀਆਂ ਉਹਦੇ ਡਾਕੂਮੈਂਟਸ ਦੇਖੇ ਜਾਂਦੇ ਆ ਉਸ ਤੋਂ ਬਾਅਦ ਉਹਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਇਹ ਇਹ ਆਪਸ਼ਨਸ ਨੇ ਉਹਦੇ ਕੋਲ ਅੱਜ ਦੀ ਡੇਟ ਦੇ ਵਿੱਚ ਉਹੀ ਗੱਲ ਹੈ ਕਿ ਕੋਈ ਸਟੂਡੈਂਟ ਕਹਿੰਦਾ ਹੈ ਕਿ ਜੀ ਮੈਂ ਮੈਨੂੰ ਕਾਲੀ ਕੋਈ ਨਹੀਂ ਹੈਗੀ ਮੈਂ ਬੈਚਲਰਸ ਡਿਗਰੀ ਹੀ ਕਰਨ ਜਾਣੀ ਹੈ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ ਜਾਣੀ ਹੈ ਮੈਂ ਇੰਡੀਆ 'ਚ ਵੀ 90% ਨੰਬਰ ਸਕੋਰ ਕੀਤੇ ਔਰ ਇਦਾਂ ਦੇ ਸਟੂਡੈਂਟ ਹੈਗੇ ਰੈਗੂਲਰ ਆਂਦੇ ਆ ਬਟ ਮੈਨੂੰ ਜਲਦੀ ਕੋਈ ਨਹੀਂ ਹੈਗੀ ਮੈਂ ਕਿਸੇ ਕਮਿਊਨਿਟੀ ਕਾਲਜ ਨਹੀਂ ਜਾਣਾ ਮੈਂ ਡਿਪਲੋਮਾ ਕੋਰਸ ਦੇ ਵਿੱਚ ਜਾਣਾ ਹੀ ਨਹੀਂ ਹੈਗਾ ਉਹਨੂੰ ਉਸ ਤਰੀਕੇ ਦੇ ਨਾਲ ਉਹਨੂੰ ਯੂਨੀਵਰਸਿਟੀਆਂ ਦੀ ਆਪਸ਼ਨਸ ਦਿੱਤੀਆਂ ਜਾਂਦੀਆਂ ਔਰ ਦੱਸਿਆ ਜਾਂਦਾ ਹੈ ਕਿ ਕਿਹੜੀ-ਕਿਹੜੀ ਜਗਾ ਉਹ ਕੋਰਸਸ ਅਵੇਲੇਬਲ ਨੇ ਜੀ on the other hand ਇੱਕ ਸਟੂਡੈਂਟ ਆਂਦਾ ਕਿ ਭਾਜੀ ਮੈਂ ਸੁਣਿਆ ਕਿ ਇਲੈਕਸ਼ਨ ਹੈਗੇ ਕੈਨੇਡਾ ਦੇ ਵਿੱਚ ਅਕਤੂਬਰ ਦੇ ਵਿੱਚ ਤੇ ਇਲੈਕਸ਼ਨਾਂ ਤੋਂ ਬਾਅਦ ਸਟੂਡੈਂਟ ਵੀਜ਼ਾ ਸਟ੍ਰਿਕਟ ਹੋ ਜਾਣਾ ਉੱਥੇ ਸਰਕਾਰ ਬਦਲਣ ਵਾਲੀ ਆ ਜੀ ਇੱਥੇ ਦੇ ਲੋਕਾਂ ਨੂੰ ਚਾਹੇ ਘੱਟ ਪਤਾ ਹੈ ਕਿ ਇਲੈਕਸ਼ਨ ਹੋਣ ਲੱਗੇ ਨੇ ਤੇ ਕਿੰਨੀ ਤਰੀਕ ਨੂੰ ਨੇ ਤੇ ਕਿਹੜੀ ਗਵਰਨਮੈਂਟ ਆਣੀ ਹੈ ਕਿ ਨਹੀਂ ਆਣੀ ਪੰਜਾਬ 'ਚ ਬੈਠੇ ਲੋਕਾਂ ਨੂੰ ਪਤਾ ਹੈ ਕਿ ਇੱਥੇ ਇਲੈਕਸ਼ਨ ਹੋਣ ਨਾਲੇ ਆ ਤੇ ਗਵਰਨਮੈਂਟ ਬਦਲ ਜਾਣੀ ਤੇ ਸਟੂਡੈਂਟ ਵੀਜ਼ਾ ਦੇ ਰੂਲਸ ਸਟ੍ਰਿਕਟ ਹੋ ਜਾਣੇ ਤੇ ਇਸ ਕਰਕੇ ਮੈਨੂੰ ਤੁਸੀਂ ਅੱਜ ਹੀ ਭੇਜ ਦਿਓ ਮੈਨੂੰ ਸਰਕਾਰੀ ਕਾਲਜ ਜ ਮੈਨੂੰ ਪ੍ਰਾਈਵੇਟ ਕਾਲਜ ਲੈ ਦੋ ਜੀ ਮੈਂ ਇੱਕ ਵਾਰੀ ਜਦੋਂ ਉੱਥੇ ਚਲ ਜਾਊਂਗਾ ਉੱਥੇ ਜਾ ਕੇ ਮੈਨੂੰ ਪਤਾ ਹੈ ਕਿ ਮੈਂ ਚੇਂਜ ਕਰ ਸਕਦਾ ਮੈਂ 6 ਮਹੀਨੇ ਬਾਅਦ ਚੇਂਜ ਕਰ ਲਾਂਗਾ ਸਾਲ ਬਾਅਦ ਕਰ ਲਾਂਗਾ ਮੇਰੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਜੇ ਮੈਂ ਇੱਕ ਵਾਰੀ ਕੈਨੇਡਾ ਪਹੁੰਚ ਗਿਆ ਜੀ ਜੇ ਮੈਂ ਇੱਥੇ ਹੀ ਰਹਿ ਗਿਆ ਤੇ ਕੱਲ ਨੂੰ ਇਸ ਰੂਲਸ ਚੇਂਜ ਹੋ ਗਏ ਸਕਤਾਈ ਹੋ ਗਈ ਜੋ ਅੱਜ ਦੀ ਡੇਟ ਤੋਂ ਆਸਟ੍ਰੇਲੀਆ ਨੇ ਹਾਲ ਕੀਤਾ ਫਿਰ ਮੈਂ ਕਿਤੇ ਇੱਥੇ ਜੋਗਾ ਹੀ ਨਾ ਰਹਿ ਜਾ ਸੋ ਹਰ ਸਟੂਡੈਂਟ ਦਾ ਆਪਣਾ ਇੱਕ ਵੱਖਰਾ ਮਾਈਂਡਸੈਟ ਹੈ ਉਹਦੇ ਪੇਰੈਂਟਸ ਦਾ ਇੱਕ ਵੱਖਰਾ ਮਾਈਂਡਸੈਟ ਹੈ ਸੋ ਉਹ ਜਦੋਂ ਤੱਕ ਉਹਦੀ ਗੱਲ ਨਹੀਂ ਪੂ ਚੁਆਇਸਸ ਕੀ ਨੇ ਜਾਂ ਉਹਦੀਆਂ ਪ੍ਰੈਫਰੈਂਸਸ ਕੀ ਨੇ ਉਨੀ ਦੇਰ ਤੱਕ ਉਹਨੂੰ ਕਾਉਂਸਲਿੰਗ ਨਹੀਂ ਕੀਤੀ ਜਾ ਸਕਦੀ ਕਿ ਉਹਦਾ ਕੈਨੇਡਾ ਦਾ ਵੀਜ਼ਾ ਕਿਹੜੇ ਕਾਲਜ ਕਿਹੜੇ ਕੋਰਸ ਜਾਂ ਕਿਹੜੇ ਇਨਟੇਕ ਚ ਲੱਗੂਗਾ ਬਿਲਕੁਲ ਹੁਣ ਤੁਹਾਡੇ ਕੋਲ ਜੇ ਕਿਸੇ ਸਟੂਡੈਂਟ ਨੇ ਆਉਣਾ ਹੈ ਜਾਂ ਕਿਸੇ ਪੇਰੈਂਟ ਨੇ ਆਉਣਾ ਆਪਣੇ ਬੱਚੇ ਬਾਰੇ ਪੁੱਛਣ ਵਾਸਤੇ ਸ਼ੁਰੂ ਦੇ ਵਿੱਚ ਕੋਈ ਉਹਦੇ ਵਾਸਤੇ ਫੀਸ ਹੈਗੀ ਹੈ ਜੋ ਸਲਾਹ ਦਿੰਦੇ ਹੋ ਕੋਈ ਮਸ਼ਵਰਾ ਦਿੰਦੇ ਹੋ ਜਾਂ ਪਹਿਲਾਂ ਪਹਿਲੀ ਜਿਹੜੀ ਵਿਜ਼ਿਟ ਹੈ ਉਹ ਮੁਫਤ ਹੁੰਦੀ ਹੈ ਦੇਖੋ ਫਰਸਟ ਵਿਜ਼ਿਟ ਦੀ ਗੱਲ ਹੀ ਨਾ ਕਰੀਏ ਅਲਟੀਮੇਟਲੀ ਜਦੋਂ ਤੱਕ ਸਟੂਡੈਂਟ ਦਾ ਵੀਜ਼ਾ ਨਹੀਂ ਲੱਗਦਾ ਉਦੋਂ ਤੱਕ ਸਟੂਡੈਂਟ ਤੋਂ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਅੱਛਾ ਜੀ ਸਾਰੇ ਪੈਸੇ ਜਿਹੜੇ ਸਟੂਡੈਂਟ ਦਿੰਦਾ ਉਹ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਲਿੱਤੇ ਜਾਂਦੇ ਆ ਬਹੁਤ ਸੌਖਾ ਆਈ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਹਰ ਦੂਸਰਾ ਬੰਦਾ ਆਪਣੇ ਆਫਿਸ ਦੇ ਬਾਹਰ ਆਪਣੀ ਦੁਕਾਨ ਦੇ ਬਾਹਰ ਬੋਰਡ ਲਾ ਲੈਂਦਾ ਸਟਡੀ ਅਬ੍ਰੋਡ ਸਟਡੀ ਇਨ ਕੈਨੇਡਾ ਜਦੋਂ ਆਪਾਂ ਧਿਆਨ ਨਾਲ ਦੇਖੀਏ ਮੈਂ ਪਿਛਲੇ 15 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਜਦੋਂ ਆਪਾਂ ਧਿਆਨ ਨਾਲ ਦੇਖੀਏ ਬੇਸਿਕਲੀ ਇੰਨੀ ਇੱਕ ਸਾਇੰਸ ਹੈ ਬਹੁਤ ਸਾਰੀਆਂ ਟੈਕਨੀਕੈਲਿਟੀਆਂ ਨੇ ਜਦੋਂ ਸਟੂਡੈਂਟ ਦੀ ਐਡਮਿਸ਼ਨ ਅਪਲਾਈ ਹੋ ਰਹੀ ਹੈ ਜਦੋਂ ਸਟੂਡੈਂਟ ਦਾ ਵੀਜ਼ਾ ਅਪਲਾਈ ਹੋਣਾ ਜਿਉ ਸਾਰੀਆਂ ਚੀਜ਼ਾਂ ਨੂੰ ਖਿਆਲ ਨਹੀਂ ਰੱਖਿਆ ਜਾਊਗਾ ਆ ਪਿੱਛੇ ਜੇ ਮੈਂ ਨਿਊਜ਼ਪੇਪਰ 'ਚ ਦੇਖ ਰਿਹਾ ਸੀ ਮੇਰੇ ਇੱਥੇ ਹੋਣ ਦੀ ਹੀ ਗੱਲ ਹੈ ਕਿ ਮੋਗੇ ਦੇ ਵਿੱਚ 150 ਬੱਚਾ ਇਦਾਂ ਦਾ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋਇਆ ਜੀ ਫਰਾਡ ਡਾਕੂਮੈਂਟਸ ਕਰਕੇ ਔਰ ਬੈਨ ਲੱਗੇ 5-5 ਸਾਲ ਦੇ ਉਹ ਸਾਰੇ ਬੱਚੇ ਦੇ ਉੱਤੇ ਸੋ ਅਲਟੀਮੇਟਲੀ ਤੁਸੀਂ ਆਪਣੀ ਫਾਈਲ ਹੀ ਨਹੀਂ ਦੇ ਰਹੇ ਕਿਸੇ ਦੇ ਹੱਥ 'ਚ ਜਦੋਂ ਤੁਸੀਂ ਫਾਈਲ ਫੜਾ ਰਹੇ ਹੋ اپنی লাইف ਆਪਣਾ ਫਿਊਚਰ ਉਹਦੇ ਹੱਥ ਵਿੱਚ ਨਾਲ ਫੜਾ ਰਹੇ ਹੋ ਜਦੋਂ ਫਿਊਚਰ ਫੜਾ ਰਹੇ ਹੋ ਨਾਲ ਤੁਸੀਂ ਉਹਨੂੰ ਪੈਸੇ ਵੀ ਦੇ ਦਿਓ 25000 30000 ਉਸ ਬੱਚੇ ਬੰਦੇ ਨੇ ਤਾਂ ਉਦੋਂ 25000 30000 ਆਪਣੀ ਜੇਬ 'ਚ ਪਾ ਲਿਆ ਉਹਨੂੰ ਤੁਹਾਡੀ ਫਾਈਲ 'ਚ ਕੋਈ ਇੰਟਰਸਟ ਨਹੀਂ ਰਹਿ ਗਿਆ ਉਹਦੇ ਆਪਣੇ ਦਫ਼ਤਰ ਦੇ ਖਰਚੇ ਚੱਲਨੇ ਸ਼ੁਰੂ ਹੋ ਗਏ ਉਹਦੇ ਸਟਾਫ ਦੇ ਖਰਚੇ ਚੱਲ ਗਏ ਉਸੇ 25000 ਦੇ ਨਾਲ ਤੁਸੀਂ ਗਿਣਤੀ ਕਰ ਲਓ ਕਿ ਜੇ ਤੁਹਾਡੇ ਵਰਗੇ ਰੋਜ਼ ਦੇ 3 4 5 ਜਣੇ ਵੀ ਉਹਨੂੰ ਪੈਸੇ ਦੇਗੇ ਤੇ ਕਿੱਥੇ ਤੱਕ ਉਹਦੀ ਗੱਲ ਪਹੁੰਚ ਜਾਂਦੀ ऑन द अदर हैंड ਜਦੋਂ ਤੁਸੀਂ ਪੈਸੇ ਹੀ ਉਸ ਟਾਈਮ ਦੇਣੇ ਆ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਵੀਜ਼ਾ ਤੁਹਾਡੇ ਸਾਹਮਣੇ ਆ ਤੁਹਾਡੇ ਹੱਥ ਦੇ ਵਿੱਚ ਹੈਗਾ ਫਿਰ ਸਟੂਡੈਂਟ ਨੂੰ ਇਹ ਹੁੰਦਾ ਕਿ ਹਾਂ ਹੁਣ ਮੇਰਾ ਕੰਮ ਹੋ ਗਿਆ ਜੀ ਜਦੋਂ ਉਹਨੂੰ ਇਹ ਲੱਗਦਾ ਕਿ ਹਾਂ ਮੇਰਾ ਕੰਮ ਹੋ ਗਿਆ ਹੁਣ ਮੈਂ ਪੈਸੇ ਦੇ ਦਿੱਤੇ ਹੁਣ ਮੈਂ ਕੈਨੇਡਾ ਜਾ ਰਿਹਾ ਉਸ ਚੀਜ਼ ਦਾ ਇਫੈਕਟ ਬਹੁਤ ਜ਼ਿਆਦਾ ਹੈ ਰਾਦਰ ਦੈਨ ਵੀਜ਼ਾ ਵੀ ਰਿਫਿਊਜ਼ ਕਰਾ ਲਿਆ ਪੈਸੇ ਵੀ ਖਰਾਬ ਕਰ ਲਏ ਫਿਰ ਕਾਲਜਾਂ ਤੋਂ ਫੀਸ ਵਾਪਸ ਮੰਗਾ ਰਹੇ ਹੋ ਦੋ ਦੋ ਮਹੀਨੇ ਫੀਸ ਨਹੀਂ ਵਾਪਸ ਆਂਦੀ ਫਿਰ ਜਿਹੜੀ ਟੀਟੀ ਹੁੰਦੀ ਆ ਇੰਡੀਆ ਟੂ ਕੈਨੇਡਾ ਉਹਦੇ ਚ ਬੜਾ ਕੁਝ ਚੱਲਦਾ ਜੀ ਏਜੰਟ ਟੀਟੀ ਕਰਾ ਦਿੰਦਾ ਵੱਖਰੀਆਂ ਵੱਖਰੀਆਂ ਕੰਪਨੀਆਂ ਦੇ ਵਿੱਚ ਏਜੰਟ ਦੇ ਆਪਣੇ ਅਕਾਊਂਟਸ ਨੇ ਉਹਨਾਂ ਅਕਾਊਂਟਾਂ ਦੇ ਵਿੱਚ ਜਦੋਂ ਤੁਸੀਂ ਟੀਟੀ ਕਰਾਣੀ ਆ 2 ਰੁਪਏ 3 ਰੁਪਏ ਡਾਲਰ ਦਾ ਮਾਰਜਨ ਹੈ ਜੀਆਈਸੀ ਮਲਾ ਲਈਏ ਤੇ ਕਾਲਜ ਦੀ ਫੀਸ ਮਲਾ ਲਈਏ ਤੇ 20000 25000 ਡਾਲਰ ਟ੍ਰਾਂਸਫਰ ਕਰਨਾ ਹੁੰਦਾ ਜੇ 25000 ਡਾਲਰ ਦੇ ਮਗਰ 2 ਰੁਪਏ ਦਾ ਮਾਰਜਨ ਇਹ ਵੀ ਕਾਊਂਟ ਕਰ ਲਈਏ ਤੇ 50000 ਰੁਪਇਆ ਤੁਸੀਂ ਉਹ ਵੀ ਫालतੂ ਦਿੰਦੇ ਹੋ ਫਿਰ ਜਦੋਂ ਰਿਫਿਊਜ਼ਲ ਤੋਂ ਬਾਅਦ ਪੈਸੇ ਵਾਪਸ ਆਉਂਦੇ ਫਿਰ ਤੁਸੀਂ ਸੋਚਦੇ ਹੋ ਕਿ ਯਾਰ ਪੈਸੇ ਭੇਜੇ ਤਾਂ 54 ਦੇ ਨਾਲ ਸੀਗੇ ਵਾਪਸ ਮੈਨੂੰ 48 ਨਾ ਮਿਲਦੇ ਪਏ ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਰੱਖਦੇ ਹੋਏ ਕੋਈ ਵੀ ਪੈਸਾ ਕਿਸੇ ਵੀ ਤਰ੍ਹਾਂ ਦਾ ਸਟੂਡੈਂਟ ਤੋਂ ਪਹਿਲਾਂ ਨਹੀਂ ਲਿਆ ਜਾਂਦਾ ਉਹ ਪੈਸੇ ਉਦੋਂ ਦਿੰਦਾ ਜਦੋਂ ਉਹਦਾ ਵੀਜ਼ਾ ਲੱਗ ਜਾਂਦਾ ਬਿਲਕੁਲ ਠੀਕ ਹੈ ਅਪਣੀ ਜੀ ਹੁਣ ਤੁਸੀਂ ਜੇ ਗੱਲ ਕਰ ਰਹੇ ਸੀ ਤੇ ਮੈਂ ਵੀ ਉਹ ਮਨ ਦੇ ਵਿੱਚ ਖਿਆਲ ਆ ਰਿਹਾ ਸੀ ਕਿ ਬਹੁਤ ਸਾਰੇ ਜਿਹੇ ਬੱਚੇ ਨੇ ਜਿਹੜੇ ਚਾਹੁੰਦੇ ਆ ਕਿ ਸਾਨੂੰ ਕੋਰਸ ਸਹੀ ਮਿਲਣਾ ਚਾਹੀਦਾ ਉਹਦੇ ਲਈ ਭਾਵੇਂ ਵਕਤ ਵੱਧ ਲੱਗ ਜਾਏ ਪਰ ਉਹਦੇ ਨਾਲ ਕੀ ਇੱਕ ਸਟੱਡੀ ਦੇ ਵਿੱਚ ਇੱਕ ਗੈਪ ਨਹੀਂ ਪੈ ਜਾਂਦਾ ਜੇ ਮੰਨ ਲਓ ਕਿ ਅੱਜ +2 ਕਰ ਲਈ ਇਸ ਸਾਲ ਦੇ ਵਿੱਚ ਪਰ ਉਹਨੂੰ ਕੋਰਸ ਮਿਲ ਰਿਹਾ ਇੱਕ ਸਾਲ ਬਾਅਦ ਉਹਦੇ ਮਨਪਸੰਦ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਉਹ ਕੀ ਉਹ ਗੈਪ ਕਵਰ ਹੋ ਜਾਂਦਾ ਜੇ ਅੱਜ ਅਪਲਾਈ ਕਰਦੇ ਕਿ ਉੱਤੇ ਕੋਈ ਅਸਰ ਪੈਂਦਾ ਦੇਖੋ ਇਹ ਵੀ ਨਾ ਹੁਣ ਇਹ ਇੱਕ ਲੇਮਨ ਦੀ ਭਾਸ਼ਾ ਹੈ ਠੀਕ ਹੈ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਸੋਚ ਰਹੇ ਉਸੇ ਤਰੀਕੇ ਦੇ ਨਾਲ ਸਟੂਡੈਂਟ ਆ ਕੇ ਕੁਐਸਚਨ ਵੀ ਇਦਾਂ ਹੀ ਪੁੱਛਦਾ ਬਟ ਐਜ਼ ਅ ਕੰਸਲਟੈਂਟ ਇਹ ਜੋ ਮੈਂ ਹੁਣੇ ਕਹਿ ਕੇ ਟਾਇਆ ਕਿ ਟੈਕਨੀਕਲਿਟੀਆਂ ਨੇ ਬੇਸਿਕਲੀ ਗੈਪ ਨਾਮ ਦੀ ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ ਅੱਛਾ ਜੀ ਗੈਪ ਕੀ ਹੈ ਉਹਨੂੰ ਇੱਜ ਥੋੜਾ ਜਿਹਾ ਉਹਨੂੰ ਸਹੀ ਤਰੀਕੇ ਨਾਲ ਕਹ ਲਈਏ ਤੇ ਐਜੂਕੇਸ਼ਨ ਗੈਪ ਕਿ ਮੇਰੀ ਲਾਸਟ ਪੜਾਈ ਕਦੋਂ ਹੋਈ ਸੀ ਔਰ ਉਸ ਤੋਂ ਬਾਅਦ ਮੈਂ ਹੁਣ ਤੱਕ ਕੀ ਕੀਤਾ ਕਿਉਂ ਅੰਬੈਸੀ ਇਹ ਸਵਾਲ ਪੁੱਛਦੀ ਹੈ ਕਿਉਂਕਿ ਅੰਬੈਸੀ ਇਹ ਜਾਨਣਾ ਚਾਹੁੰਦੀ ਹੈ ਕਿ ਤੂੰ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਆਪਣੀ ਪਲੱਸ 2 ਜਾਂ ਗ੍ਰੈਜੂਏਸ਼ਨ ਕੀਤੀ ਹੁਣ ਇੱਕਦਮ ਤੂੰ ਸੁੱਤਾ ਉੱਠਿਆ 3 ਸਾਲਾਂ ਬਾਅਦ ਦੁਬਾਰਾ ਕਿੰਨਾ ਹੁਣ ਮੈਂ ਪੜ੍ਹਾਈ ਕਰਨੀ ਚਾਹਨਾ ਅੱਗੇ ਔਰ ਕੈਨੇਡਾ ਜਾ ਕੇ ਪੜ੍ਹਾਈ ਕਰਨੀ ਚਾਹਨਾ ਜੀ ਸੋ ਉਹਦਾ ਕੀ ਰੀਜ਼ਨ ਹੈ ਉਹਦੀ ਕੀ ਜਸਟੀਫਿਕੇਸ਼ਨ ਹੈ ਹੁਣ ਚਲੋ ਸਾਰੇ ਤੁਹਾਡੇ ਦੱਸੇ ਅਨੁਸਾਰ ਕੋਰਸ ਵੀ ਸਿਲੈਕਟ ਹੋ ਗਿਆ ਉੱਥੋਂ ਸਟੂਡੈਂਟ ਇੱਥੇ ਆ ਵੀ ਗਿਆ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੇ ਸਟੂਡੈਂਟ ਹੁੰਦੇ ਆ ਉਹ ਸਿਰਫ ਇੱਥੇ ਆਉਣਾ ਚਾਹੁੰਦੇ ਕੈਨੇਡਾ ਆਉਣਾ ਚਾਹੁੰਦੇ ਆ ਪੈਸੇ ਕਮਾਉਣਾ ਆਉਣਾ ਚਾਹੁੰਦੇ ਆ ਇੱਥੇ ਪੱਕੇ ਹੋਣ ਆਉਣਾ ਚਾਹੁੰਦੇ ਆ ਜਦੋਂ ਇੱਥੇ ਆ ਕੇ ਪੜ੍ਹਾਈ ਘਟ ਤੇ ਕੰਮ ਜ਼ਿਆਦਾ ਕਰ ਦਿੰਦੇ ਆ ਬਹੁਤ ਸਾਰੀਆਂ ਪਿਛੇ ਜਿਹੇ ਹੁਦਾਰਨਾਵੇਂ ਆ ਜਿਦੇ ਵਿੱਚ ਜ਼ਿਆਦਾ ਕੰਮ ਕਰਦੇ ਆ ਸਟੂਡੈਂਟ ਫੜੇਗੇ ਡਿਪੋਰਟ ਕੀਤੇਗੇ ਉਸ ਮਾਮਲੇ ਵਿੱਚ ਤੁਸੀਂ ਕੀ ਸਲਾਹ ਦੋਗੇ ਫਿਰ ਜੇ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਤੇ ਬਤਾਓ ਵਿਦਿਆਰਥੀ ਤੁਹਾਨੂੰ ਕਿਵੇਂ ਇੱਥੇ ਰਹਿਣਾ ਚਾਹੀਦਾ ਕਿਵੇਂ ਆਪਣੀ ਸਟੱਡੀ ਮੁਕੰਮਲ ਕਰਨੀ ਚਾਹੀਦੀ ਦੇਖੋ ਕਿਸੇ ਵੀ ਕੋਈ ਵੀ ਵੀਜ਼ਾ ਤੁਹਾਨੂੰ ਮਿਲਦਾ ਚਾਹੇ ਉਹ ਟੂਰਿਸਟ ਵੀਜ਼ਾ ਚਾਹੇ ਉਹ ਬਿਜ਼ਨਸ ਵੀਜ਼ਾ ਚਾਹੇ ਉਹ ਸਟੂਡੈਂਟ ਵੀਜ਼ਾ ਹਰ ਵੀਜ਼ੇ ਦੀ ਆਪਣੀਆਂ ਰੂਲਸ ਐਂਡ ਰੈਗੂਲੇਸ਼ਨਸ ਹੈਗੀਆਂ ਜਿਹਨੂੰ ਆਪਾਂ ਡੂਜ਼ ਐਂਡ ਡੋਂਟਸ ਕਹਿੰਦੇ ਆ ਜੀ ਤੁਸੀਂ ਸਟੂਡੈਂਟ ਵੀਜ਼ਾ ਤੇ ਆ ਰਹੇ ਹੋ ਇਸ ਗੱਲ ਨੂੰ ਚੰਗੀ ਤਰ੍ਹਾਂ ਪੱਲੇ ਬੰਨ ਕੇ ਆਓ ਕਿ ਜਿਹੜੀਆਂ ਤੁਹਾਡੀਆਂ ਸਟੂਡੈਂਟ ਵੀਜ਼ੇ ਦੀਆਂ ਡੂਜ਼ ਐਂਡ ਡੋਂਟਸ ਨੇ ਉਹ ਫਾਲੋ ਕਰੋ ਜੀ ਇੱਥੇ ਦੀ ਸਰਕਾਰ ਇੱਥੇ ਦੀ ਗਵਰਨਮੈਂਟ ਇੱਥੇ ਦਾ ਕਾਨੂੰਨ ਤੁਹਾਨੂੰ ਕੋਈ ਵੀ ਇਦਾਂ ਦੀ ਐਕਟੀਵਿਟੀ ਕਰਨ ਤੋਂ ਬਾਅਦ ਮਾਫੀ ਨਹੀਂ ਦੇਊਗਾ ਕਿ ਤੁਸੀਂ ਕਹੋ ਮੇਰੇ ਤੋਂ ਗਲਤੀ ਹੋ ਗਈ ਜੀ ਇੱਥੇ ਕਹਿੰਦੇ ਆ ਕਿ ਇਗਨੋਰੈਂਸ ਇਜ਼ ਨੋ ਪਲੀ ਕਿ ਤੁਸੀਂ ਕਹੋ ਮੈਨੂੰ ਪਤਾ ਨਹੀਂ ਸੀ ਇਸ ਕਰਕੇ ਮੈਂ ਕੰਮ ਵੱਧ ਕਰ ਲਿਆ ਤੁਸੀਂ ਕਹੋ ਮੈਨੂੰ ਪਤਾ ਨਹੀਂ ਸੀ ਮੈਂ ਇਸ ਕਰਕੇ ਸਕੂਲ ਜਾਣਾ ਕਾਲਜ ਜਾਣਾ ਬੰਦ ਕਰ ਦਿੱਤਾ ਮੈਨੂੰ ਪਤਾ ਨਹੀਂ ਸੀ ਮੈਂ ਇਸ ਕਰਕੇ ਪੜ੍ਹਾਈ ਦੇ ਵਿੱਚ ਫੇਲ ਹੋ ਗਿਆ ਬਿਲਕੁਲ ਐਕਸੈਪਟੇਬਲ ਨਹੀਂ ਹੈਗਾ ਸੋ ਮੈਂ ਇਹੀ ਹਰ ਬੱਚੇ ਨੂੰ ਸਲਾਹ ਦਵਾਂਗਾ ਕਿ ਆਪਣੇ ਸਟੂਡੈਂਟ ਵੀਜ਼ੇ ਦੀ ਸੀਆਈਸੀ ਦੀ ਵੈਬਸਾਈਟ ਤੇ ਚਲ ਜਓ ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਤੁਹਾਨੂੰ ਡੂਜ਼ ਐਂਡ ਡੋਂਟਸ ਮਿਲ ਜੂਗੇ ਨਹੀਂ ਮਿਲੂਗੇ ਵੀਜ਼ਾ ਲੱਗਣ ਤੋਂ ਬਾਅਦ ਜੇ ਕਿਸੇ ਸਟੂਡੈਂਟ ਦਾ ਵੀਜ਼ਾ ਲੱਗ ਗਿਆ ਕਿਸੇ ਵੀ 에이ਜੰਟ ਤੋਂ ਲੱਗਾ ਕੰਸਲਟੈਂਟ ਤੋਂ ਲੱਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਆਫਿਸ ਚਲ ਜਾਓ ਉੱਥੋਂ ਦੀ ਤੁਹਾਨੂੰ ਸ਼ੀਟ ਮਿਲ ਜੂਗੀ ਡੂਜ਼ ਐਂਡ ਡੋਂਟਸ ਦੀ ਉਸ ਸ਼ੀਟ ਦੇ ਅਕੋਰਡਿੰਗਲੀ ਆ ਕੇ ਇੱਥੇ ਰਹਿ ਲਓ ਤਰੀਕੇ ਦੇ ਨਾਲ ਇੱਥੇ ਰਹੀ ਜਾਓ ਕੱਲ ਨੂੰ ਵਰਕ ਪਰਮਿਟ ਵੀ ਮਿਲੂਗਾ ਟੀਆਰ ਵੀ ਮਿਲੂਗੀ ਪੀਆਰ ਵੀ ਮਿਲੂਗੀ ਸਭ ਕੁਝ ਮਿਲੂਗਾ ਬਟ ਜੇ ਤੁਸੀਂ ਕਹੋ ਕਿ ਅੱਜ ਹੀ ਮੈਂ ਕੋਈ ਸ਼ਾਰਟਕਟ ਲੱਭ ਲਵਾਂ ਅੱਜ ਹੀ ਸਾਰੇ ਪੈਸੇ ਕਮਾ ਕੇ ਆਪਣੇ ਪਿੰਡ ਵਾਪਸ ਭੇਜ ਦਵਾਂ ਉਹ ਪੋਸੀਬਲ ਨਹੀਂ ਹੈਗਾ ਬਿਲਕੁਲ ਠੀਕ ਹੈ ਐ ਸਾਡਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਹੁੰਦਾ ਹੈ ਕਿ ਖਾਸ ਕਰਕੇ ਪਨੀਥ ਹੋਣਾ ਵਰਗੇ ਮਹਿਮਾਨਾਂ ਨੂੰ ਸੱਦਣ ਦਾ ਮਕਸਦ ਇਹ ਹੁੰਦਾ ਹੈ ਕਿ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚ ਜਾਵੇ ਕਿਉਂਕਿ ਬਹੁਤ ਸਾਰੇ ਸਾਡੇ ਕੋਲ ਅਜਿਹੇ ਮੈਸੇਜ ਸੁਨੇਹੇ ਆਉਂਦੇ ਨੇ ਜਿਦੇ ਵਿੱਚ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਵਿਦਿਆਰਥੀ ਇੱਥੇ ਆ ਕੇ ਭਟਕਦੇ ਹੋਏ ਸਾਨੂੰ ਆਮ ਮਿਲ ਜਾਂਦੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਘੁੰਮਦੇ ਹੋ ਕਿ ਉਹਨਾਂ ਨੂੰ ਆਪਣੇ ਭਵਿੱਖ ਬਾਰੇ ਚਿੰਤਾ ਹੁੰਦੀ ਹੈ ਪਤਾ ਨਹੀਂ ਲੱਗਦਾ ਹੁਣ ਬਹੁਤ ਸਾਰੇ ਸਵਾਲ ਵੀ ਉਹਨੂੰ ਪ੍ਰੋਗਰਾਮ ਕਿਉਂਕਿ ਇਹਦਾ ਸਮਾਂ ਸੀਮਤ ਹੈ ਅਸੀਂ ਸਾਰੀਆਂ ਗੱਲਾਂ ਸ਼ੇਅਰ ਨਹੀਂ ਕਰ ਸਕਦੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਮਹਿਮਾਨਾਂ ਦੇ ਵੀ ਹੋਣਗੇ ਸਾਡੇ ਬਾਕੀ ਜਿਹੜੇ ਮਾਫ ਕਰਨਾ ਦਰਸ਼ਕਾਂ ਦੇ ਹੋਣਗੇ ਫੋਨ ਨੰਬਰ ਆਪਣਾ ਸਾਂਝਾ ਕਰ ਦਿਓ ਤੇ ਆਪਣੀਆਂ ਦਫਤਰਾਂ ਦੀਆਂ ਲੋਕੇਸ਼ਨਾਂ ਸਾਂਝਾ ਕਰ ਦਿਓ ਤੇ ਕਿਹੜਾ ਵਕਤ ਸਹੀ ਹੈ ਕਾਲ ਕਰਨ ਦਾ ਜੇ ਉਹ ਵਕਤ ਸਹੀ ਨਹੀਂ ਹੈ ਤੇ ਕੀ ਮੈਸੇਜ ਛੱਡਿਆ ਜਾ ਸਕਦਾ ਈਮੇਲ ਕੋਈ ਹੈ ਉਹ ਵਿੱਚ ਸਾਂਝਾ ਕਰ ਦਿਓ ਦੇਖੋ 24 ਆਰ ਕਾਲ ਸੈਂਟਰ ਹੈਗਾ 92168 92161 92167 ਅਜਿਹਾ ਤੇ ਫੋਨ ਕਰਕੇ ਜਦੋਂ ਦੀ ਮਰਜ਼ੀ ਆਪਣੀ ਅਪਾਇੰਟਮੈਂਟ ਬਣਾ ਲਓ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਕਰਨਾਲ ਯਮੁਨਾ ਨਗਰ ਸੋ ਪੰਜਾਬ ਤੇ ਹਰਿਆਣਾ ਦਾ ਬੇਰਾ ਖਿਆਲ ਕੋਈ ਵੀ ਸਟੂਡੈਂਟ ਇਦਾਂ ਦਾ ਨਹੀਂ ਹੈਗਾ ਕਿ ਜਿਹਨੂੰ ਇਸ ਕਿਸੇ ਵੀ ਜਗ੍ਹਾ ਪਹੁੰਚਣ 'ਚ ਕੋਈ ਪ੍ਰੋਬਲਮ ਹੁੰਦੀ ਹੋਵੇ ਜੀ ਕੋਈ ਵੀ ਸਟੂਡੈਂਟ ਮੈਨੂੰ ਇੱਥੇ ਮਿਲਣਾ ਚਾਹੁੰਦਾ ਚਾਹੇ ਇਸੇ ਨੰਬਰ ਤੇ ਹੀ ਫੋਨ ਕਰਕੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਇਸ ਕਾਲ ਸੈਂਟਰ ਦੇ ਵਾਲੇ ਨੰਬਰ ਤੇ ਮੈਂ ਅਗਲੇ 15 ਦਿਨ ਹੋਰ ਟੋਰਾਂਟੋ ਏਰੀਆ ਦੇ ਵਿੱਚ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਫੇਸਬੁੱਕ ਪੇਜ ਤੇ ਜਾ ਕੇ ਕੁਐਸਚਨ ਛੱਡ ਦਿਓ ਉਹਦਾ ਵੀ ਜਵਾਬ ਤੁਹਾਨੂੰ ਮਿਲੇਗਾ ਆਪਣੇ ਡਾਊਟਸ ਕਲੀਅਰ ਕਰ ਲਓ ਇੱਕਦਮ ਕਲੀਅਰ ਮਾਈਂਡ ਦੇ ਨਾਲ ਜਦੋਂ ਆਪਣਾ ਵੀਜ਼ਾ ਅਪਲਾਈ ਕਰੋਗੇ ਔਰ ਇੱਥੇ ਆਓਗੇ ਦੈਨ ਸਕਸੈਸ ਅਵੇਟਸ ਯੂ ਬਿਲਕੁਲ ਬਹੁਤ ਮਿਹਰਬਾਨੀ ਤੁਹਾਡੀ ਪਨੀਜੀ ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੀ ਵਿਸ਼ਾ ਇਹ ਏਡਾ ਵਿਸ਼ਾਲ ਹੈ ਕਿ ਇਹਨੂੰ ਇੱਕ ਪ੍ਰੋਗਰਾਮ ਵਿੱਚ ਸਿਮੇਟਿਆ ਨਹੀਂ ਜਾ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਫਿਰ ਜਲਦੀ ਇਸ ਵਿਸ਼ੇ ਦੇ ਉੱਪਰ ਹੋਰ ਜਿੰਨੀ ਜਾਣਕਾਰੀ ਅਸੀਂ ਤੁਹਾਡੇ ਕੋਲ ਲੈ ਸਕੀਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਸਕੀਏ ਤਾਂ ਕਿ ਉਹ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਦੇ ਨਾਲ ਉਸ ਜਾਣਕਾਰੀ ਨੂੰ ਸ਼ੇਅਰ ਕਰ ਸਕਣ ਤੇ ਤਾਂ ਕਿ ਉਹਨਾਂ ਵਿਦਿਆਰਥੀਆਂ ਦਾ ਭਲਾ ਹੋ ਸਕੇ ਜੋ ਇੱਥੇ ਆਉਣਾ ਚਾਹੁੰਦੇ ਨੇ ਜਾਂ ਜੋ ਆ ਚੁੱਕੇ ਨੇ ਉਹ ਅੱਗੋਂ ਕਿਹੜੇ ਪਾਸੇ ਜਾ ਸਕਦੇ ਆ ਉਹਨਾਂ ਦਾ ਵੀ ਫਾਇਦਾ ਹੋਵੇ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮਹਿਮਾਨ ਦੇ ਨਾਲ ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਜੋ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ੀਅਨ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ